ਕਿਸਾਨ ਖੁੱਟੀਆ ਸਾਹਿਬ ਦੇ ਵਾਰ ਦੇ ਵਿੱਚ ਵੀ ਬਹਿ ਗਏ। ਦੇਖੋ ਤਾਂ ਉਹਨਾਂ ਦੀ ਮਰਜ਼ੀ, ਮੈਂ ਨਹੀਂ ਕਹਿ ਸਕਦਾ ਕਿਉਂਕਿ ਜਥੇਬੰਦੀਆਂ ਬਹੁਤ ਹੋ ਗਈਆਂ। ਕੁਝ ਦਿਨ ਪਹਿਲਾਂ SKMN ਵਾਲੇ ਜਿਹੜੇ ਸੀ ਸਾਡੇ ਨਾਲ ਮੀਟਿੰਗ ਕਰਕੇ ਗਏ ਆ, CM ਸਾਹਿਬ ਵੀ ਸੀ, ਮੈਂ ਵੀ ਸੀ, ਨਾਲ ਧਾਲੀਵਾਲ ਸਾਹਿਬ ਵੀ ਸੀ, ਔਰ ਜਿਹੜੀਆਂ ਮੰਗਾਂ ਸਾਡੇ ਕੋਲ ਰੱਖ ਗਏ ਉਹਨਾਂ ਨੂੰ ਪੂਰਾ ਕਰਨ ਲਈ ਅਸੀਂ ਯਤਨਸ਼ੀਲ ਸੀ, ਕਿਉਂਕਿ ਜਿਹੜੇ ਭਰਾਵਾਂ ਨੇ ਉੱਥੇ ਸ਼ਹੀਦੀਆਂ ਦਿੱਤੀਆਂ, ਜਿਹੜੇ ਬਜ਼ੁਰਗਾਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਨੇ ਕਿਹਾ ਸੀ ਰੁਜ਼ਗਾਰ ਦੇਣਾ ਦੇ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਫਰੀਦਕੋਟ ਦੇ ਵਿੱਚ ਪਹੁੰਚਿਆ ਹੈ। ਮਹਿੰਦਰ ਸਿੰਘ ਰਮਾਣਾ ਤਾਂ ਉਹਨਾਂ ਦੀ ਧਰਮਪਤਨੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਤਾਂ ਉਹਨਾਂ ਦੇ ਘਰ ਅਫਸੋਸ ਲਈ ਪਹੁੰਚੇ ਨੇ ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਮੰਤਰੀ ਪੰਜਾਬ, ਅਤੇ ਨਾਲ ਹੀ ਉਹਨਾਂ ਦੇ ਫਰੀਦਕੋਟ ਤੋਂ ਵਿਧਾਇਕ ਨੇ ਗੁਰਦਿੱਤ ਸਿੰਘ ਸੇਖੋਂ, ਉਹ ਵੀ ਪਹੁੰਚਿਆ ਹੈ। ਖੁੱਡੀਆਂ ਸਾਹਿਬ ਨਾਲ ਆ, ਸਾਡੀ ਗੱਲਬਾਤ ਕਰਦੇ ਹਾਂ। ਖੁੱਡੀਆਂ ਸਾਹਿਬ, ਅੱਜ ਅਫਸੋਸ ਲਈ ਪਹੁੰਚੇ ਹੋ ਫਰੀਦਕੋਟ? ਅੱਜ ਮੈਂ ਸਰਦਾਰ ਮਹਿੰਦਰ ਸਿੰਘ ਜੀ ਰਮਾਣਾ, ਸੀਨੀਅਰ ਐਡਵੋਕੇਟ, ਉਹਨਾਂ ਦੇ ਧਰਮ ਪਤਨੀ ਸਾਡੇ ਮਾਤਾ ਜੀ, ਉਹ ਕੁਛ ਦਿਨ ਪਹਿਲਾਂ ਸਵਰਗਵਾਸ ਹੋ ਗਏ ਸਨ, ਮੈਂ ਭੋਗ 'ਤੇ ਵੀ ਆਉਣਾ ਸੀ, ਕੁਛ ਮੇਰੇ ਆਪਣੇ ਰੁਝੇਵੇ ਹੋ ਗਏ ਸਰਕਾਰ ਪੱਖੀ, ਇਸ ਕਰਕੇ ਅੱਜ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਇਆ। ਜਿਸ ਤਰ੍ਹਾਂ ਦਾ ਜੋ ਤਰੱਕੀ ਪਰਿਵਾਰ ਨੇ ਕੀਤੀ ਹੈ ਉਹਦੇ ਵਿੱਚ ਸਾਡੇ ਸਤਿਕਾਰਯੋਗ ਮਾਤਾ ਜੀ ਹੋਰਾਂ ਦਾ ਬਹੁਤ ਵੱਡਾ ਹੱਥ ਹੈ। ਇਹ ਆਪਣੇ ਪ੍ਰੋਫੈਸ਼ਨ ਤੋਂ ਇਲਾਵਾ ਸਿਆਸਤ ਵਿੱਚ ਵੀ ਬੜਾ ਨਾਂ ਰਮਾਣਾ ਸਾਹਿਬ ਦਾ, ਔਰ ਪੁਰਾਣਾ ਸਮਾਂ ਸੀ ਜੋ ਸਾਡੀਆਂ ਮਾਵਾਂ, ਸਾਡੀਆਂ ਭੈਣਾਂ 20-20 50-50 ਬੰਦਿਆਂ ਦੀਆਂ ਆਇਆਂ ਦੀਆਂ ਖਾਤਰਦਾਰੀ ਕਰਨ ਵਾਸਤੇ ਰੋਟੀ ਪਾਣੀ ਤਿਆਰ ਕਰਨਾ, ਉਹ ਇਹਨਾਂ ਮਾਵਾਂ ਸਦਕਾ ਸੀ ਜੋ ਅੱਜ ਤੱਕ ਰਾਜਨੀਤੀ 'ਚ ਰਮਾਣਾ ਸਾਹਿਬ ਸਾਰਾ ਪਰਿਵਾਰ, ਔਰ ਵਕਾਲਤ ਕਰਨੀ ਉਹ ਆਪਣਾ ਪ੍ਰੋਫੈਸ਼ਨ ਆ ਵੱਡਾ, ਉਹਦੇ ਵਿੱਚ ਵੀ ਬਹੁਤ ਅਹਿਮੀਅਤ ਹੈ। ਜਿਵੇਂ ਹੁਣ ਸੁਖਪਾਲ ਸਿੰਘ ਖਹਿਰਾ ਆਏ ਸੀ, ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੇ ਪਿਤਾ ਦੇ ਨਾਲ ਵੀ ਕਾਫੀ ਯੋਗਦਾਨ ਇਹਨਾਂ ਦਾ ਰਿਹਾ, ਜਿਵੇਂ ਹੁਣ ਤੁਹਾਡੇ ਪਿਤਾ ਸੀਗੇ ਸਵਰਗਵਾਸੀ ਸਰਦਾਰ ਜਗਦੇਵ ਸਿੰਘ ਖੁੱਡੀਆਂ, ਉਹਨਾਂ ਦੇ ਨਾਲ ਵੀ ਇਹਨਾਂ ਮਹਿੰਦਰ ਸਿੰਘ ਰਮਾਣਾ ਜੀ, ਮੈਂ ਤਾਂ ਸਾਰੀ ਉਮਰ ਹੀ ਭਰਾਵਾਂ ਵਾਂਗੂ ਬਚਪਨ ਤੋਂ ਲੈ ਕੇ ਉਹਨਾਂ ਦੇ ਲਾਸਟ ਸਮੇਂ ਤੱਕ ਮੈਂ ਰਮਾਣਾ ਸਾਹਿਬ ਹੋਰਾਂ ਨਾਲ, ਮੈਂ ਤਾਇਆ ਜੀ ਆਦਾ ਇਹਨਾਂ ਨੂੰ, ਸੋ ਬਹੁਤ ਪਿਆਰ ਬਹੁਤ ਸਤਿਕਾਰ, ਪੁਰਾਣਾ ਦਾ ਲੀਡਰਾਂ ਦਾ ਇੱਕ ਪਾਰਟੀ ਪਰਿਵਾਰ ਹੀ ਹੋਇਆ ਕਰਦੀ ਸੀ। ਖੁੱਡੀਆਂ ਸਾਹਿਬ, ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਤੁਸੀਂ ਇੱਕ ਟੀਚਾ ਮਿਸਿਆ 2024 ਨੂੰ ਲੈ ਕੇ, ਪਰਾਲੀ ਨੂੰ ਲੈ ਕੇ, 50% ਜਿਹੜੀ ਹੈ ਪਰਾਲੀ ਉਹ ਕਟਾਈ ਜਾਵੇਗੀ, ਨਾ ਸੜੀ ਜਾਵੇਗੀ ਜੀ ਜੀ, ਕੀ ਉਹਦੇ ਵਿੱਚ ਤੁਸੀਂ ਜਿਹੜੇ ਸੁਜੈਸ਼ਨਾਂ ਜਿਹੜੀਆਂ ਦਿੱਤੀਆਂ, ਕੀ ਜਿਹੜੇ ਹਦਾਇਤਾਂ ਜਾਰੀ ਕੀਤੀਆਂ? ਅੱਗੇ ਨਾਲੋਂ ਅਸੀਂ ਕਾਫੀ, ਪਿਛਲੇ ਕਈ ਵਾਰੇ ਪਹਿਲਾਂ ਬਹੁਤ ਸਾਰੀ ਪਰਾਲੀ ਸਾੜੀ ਜਾਂਦੀ ਸੀ, ਹੁਣ ਜੇ ਵੇਖੀਏ ਤਾਂ ਉਹਦੇ ਵਿੱਚੋਂ ਜਿਵੇਂ ਹੈ ਤਾਂ ਬਹੁਤ ਪਰਾਲੀ, ਕਿਉਂਕਿ ਜਦੋਂ ਅਸੀਂ ਝੋਨਾ ਬਹੁਤ ਇਕੱਠਾ ਕਰਕੇ ਦਿੰਦੇ ਹਾਂ ਦੇਸ਼ ਨੂੰ, ਉਹਦੇ ਵਿੱਚ ਹੁੰਦੀ ਹੈ, ਪਰ ਫਿਰ ਵੀ 30 ਲੱਖ ਟਨ ਦੇ ਕਰੀਬ ਅਸੀਂ ਜਿਹੜੀ ਇਹ ਪਰਾਲੀ ਹੈ ਜਿਹੜੀ ਉਹਦੇ ਵਿੱਚ ਕੰਮ ਵਿੱਚ ਆਉਂਦੀ ਹੈ, ਚਾਹੇ ਉਹ ਬਾਇਓਥਰਮਲ ਲਈ ਆ ਜਾਵੇ, ਚਾਹੇ ਪੱਠਿਆਂ ਲਈ ਆ ਜਾਵੇ, ਹੁਣ ਤਾਂ ਚਾਰੇ ਲਈ ਉਦੋਂ ਹੀ ਵੱਧ ਜਾਂਦੀ ਹੈ। ਬਹੁਤ ਸਾਰੇ ਜਿਹੜੀਆਂ, ਇੱਕ ਮੇਰੇ ਕੋਲ ਉੱਧਰੋਂ ਗੁਰਦਾਸਪੁਰ ਤੋਂ ਲੜਕਾ ਆਇਆ ਸੀ, ਉਹਨਾਂ ਦੀਆਂ ਜਿਵੇਂ ਜਿਹੜੀ PVC ਸ਼ੀਟਾਂ ਜਿਹੀਆਂ ਹੁੰਦੀਆਂ ਇਸ ਤਰ੍ਹਾਂ ਦੀਆਂ, ਬਹੁਤ ਵਧੀਆ ਜਿਹੜੀਆਂ ਉਦੋਂ ਵੀ ਤਕੜੀਆਂ ਬਣ ਰਹੀਆਂ, ਤੋ ਜੇ ਇਹੋ ਜਿਹੇ ਥਾਂ ਲੱਗਣ ਲੱਗ ਜਾਣੀ ਆ, ਬਹੁਤ ਸਾਰੇ ਲੋਕਾਂ ਨੇ ਪਰਾਲੀ ਤੋਂ ਬਹੁਤ ਕੰਮ ਲੈਣ ਲੱਗ ਜਾਣਾ। ਕਿ ਵੀ ਲੋਕਾਂ ਨੇ, ਕਾਫੀ ਕਿਸਾਨਾਂ ਨੇ ਪਰਾਲੀ ਜਿਹੜੀ ਘੱਟ ਸਾਰੀ ਹੈ, ਪਰ ਉਸ ਦੇ ਬਾਵਜੂਦ ਜਿਹੜੀ ਕੀੜੀ ਦੀ ਕਾਰੀ ਪ੍ਰੋਬਲਮ ਆਈ ਹੈ ਕਿਸਾਨਾਂ ਨੂੰ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜਿਹਨੇ ਪਰਾਲੀ ਨਹੀਂ ਸਾੜੀ ਜ਼ਿਆਦਾਤਰ ਜਿਹੜੀ ਕੀੜੀ ਕਣਕ ਨੂੰ ਪਈ। ਬਾਈ ਜੀ, ਇੱਕ ਗੱਲ ਪ੍ਰਚਲਿਤ ਹੋ ਜਾਂਦੀ ਹੈ ਅਤੇ ਇੱਕ ਜਦੋਂ ਕੱਢ ਲੈਂਦਾ ਨਾ ਤਾਂ ਦੂਜਾ ਉਹਦੀ
ਉਸ ਦੇ ਮਗਰ ਚੱਲ ਪੈਂਦਾ, ਪਰ ਇਹ ਨਹੀਂ ਸੀ। ਪਹਿਲਾਂ ਗਰਮੀ ਜ਼ਿਆਦਾ ਪੈਂਦੀ ਸੀ ਅਤੇ ਸਾਰੇ ਆਪਣੇ ਲੋਕ ਕਹਿਣ ਲੱਗ ਗਏ ਸੀ ਵੀ ਸ਼ਾਇਦ ਐਤਕੀ ਠੰਡ ਹੀ ਨਾ ਪਵੇ। ਇਹ ਉਹਨਾਂ ਦਿਨਾਂ 'ਚ ਠੰਡ ਨਾਲ ਕੀੜੀ ਰੁਕਦੀ, ਜਦੋਂ ਠੰਡ ਵੱਧ ਗਈ ਕੀੜੀ ਰੁਕ ਗਈ, ਉਹ ਪਾਣੀ ਲਾਉਣ ਲੱਗ ਗਈ ਕੀੜੀ ਰੁਕ ਗਈ। ਉਹ ਗਰਮੀ ਦਾ ਕਾਰਨ ਸੀਗਾ, ਕੋਈ ਪਰਾਲੀ ਦਾ ਕਾਰਨ ਨਹੀਂ ਸੀ। ਬਹੁਤ ਸਾਰੇ ਪੁਰਾਣੇ ਬਹੁਤ ਜਿਹੜੇ ਦੋ ਦੋ ਤਿੰਨ ਤਿੰਨ ਸਾਲਾਂ ਦੇ ਪਰਾਲੀ ਵਿੱਚੇ ਵਾਹ ਕੇ ਉਹਨੂੰ ਖਤਮ ਕਰਕੇ ਉਹ ਬੀਜਦੇ ਰਹੇ, ਉਹ ਕਹਿੰਦੇ ਝਾੜ ਵੀ ਚੰਗਾ ਅਤੇ ਨੁਕਸਾਨ ਵੀ ਕੋਈ ਨਹੀਂ ਹੋਇਆ। ਕਿਸਾਨ ਖੁੱਡੀਆ ਸਾਹਿਬ ਦੇ ਵਾਰ ਦੇ ਵਿੱਚ ਵੀ ਬਹਿ ਗਏ। ਦੇਖੋ ਤਾਂ ਉਹਨਾਂ ਦੀ ਮਰਜ਼ੀ, ਮੈਂ ਨਹੀਂ ਕਹਿ ਸਕਦਾ ਕਿਉਂਕਿ ਜਥੇਬੰਦੀਆਂ ਬਹੁਤ ਹੋ ਗਈਆਂ। ਕੁਛ ਦਿਨ ਪਹਿਲਾਂ ਐਸ ਕੇ ਐਮ ਐਨ ਵਾਲੇ ਜਿਹੜੇ ਸੀ ਸਾਡੇ ਨਾਲ ਮੀਟਿੰਗ ਕਰਕੇ ਗਏ ਆ, ਸੀ ਐਮ ਸਾਹਿਬ ਵੀ ਸੀ, ਮੈਂ ਵੀ ਸੀ, ਨਾਲ ਧਾਲੀਵਾਲ ਵੀ, ਧਾਲੀਵਾਲ ਸਾਹਿਬ ਵੀ ਸੀ। ਔਰ ਜਿਹੜੀਆਂ ਮੰਗਾਂ ਸਾਡੇ ਕੋਲ ਰੱਖ ਗਏ ਉਹਨਾਂ ਨੂੰ ਪੂਰਾ ਕਰਨ ਲਈ ਅਸੀਂ ਯਤਨਸ਼ੀਲ ਆ। ਉਹ ਜਿਹੜੀਆਂ ਗੱਲਾਂ ਕਰਦੇ ਆ ਉਹ ਸਾਡੇ ਨਾਲ ਹੋ ਕੇ ਗਈ ਆ, ਵੀ ਉਹਨਾਂ ਦਾ ਸਾਰਾ ਜੋ ਕੋਈ ਪੁਲਿਸ ਰਿਪੋਰਟ ਆ, ਕੋਈ ਲੋੜ ਆ ਜਿਹੜੀ, ਸਾਰਾ ਕੁਝ ਤਿਆਰ ਕਰਕੇ ਉਹਨਾਂ ਨੂੰ ਅਸੀਂ, ਕਿਉਂਕਿ ਜਿਹੜੇ ਭਰਾਵਾਂ ਨੇ ਉੱਥੇ ਸ਼ਹੀਦੀਆਂ ਦਿੱਤੀਆਂ, ਜਿਹੜੇ ਬਜ਼ੁਰਗਾਂ ਨੇ, ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਨੇ ਕਿਹਾ ਸੀ ਰੁਜ਼ਗਾਰ ਦੇਣਾ। ਥੈਂਕ ਯੂ ਵੈਰੀ ਮੱਚ। ਤਾਂ ਇਹ ਸਨ ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਮੰਤਰੀ ਪੰਜਾਬ। ਤਾਂ ਉਹ ਅੱਜ ਫਰੀਦਕੋਟ ਦੇ ਵਿੱਚ ਪਹੁੰਚਿਆ ਮਹਿੰਦਰ ਸਿੰਘ ਰਮਾਣਾ। ਤਾਂ ਉਹਨਾਂ ਦੀ ਧਰਮ ਪਤਨੀ ਜਿਹੜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀਗੇ, ਤਾਂ ਉਹਨਾਂ ਦੇ ਨਾਲ ਅਫਸੋਸ ਸਾਂਝਾ ਕੀਤਾ ਅਤੇ ਨਾਲ ਹੀ ਪੰਜਾਬ ਦੇ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਵੀ ਕੀਤੀ ਹੈ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।